ਰਾਹੁਲ ਚੱਲ ਚੱਲੀਏ।
ਅੰਦਰ ਦੇ ਵਿੱਚ ਟ੍ਰੈਫਿਕ ਤੇ ਤੈਬਜ਼ਾਰੀ ਦਾ ਅੱਜ ਫਿਰ ਸਾਂਝਾ ਆਪਰੇਸ਼ਨ ਨਜ਼ਰ ਆ ਰਿਹਾ। ਤੁਸੀਂ ਤਸਵੀਰਾਂ ਦੇਖ ਰਹੇ ਹੋ, ਭਗਵਾਨ ਰਾਮ ਦੇ ਚੌਂਕ ਤੋਂ ਸਟਾਰਟ ਹੋ ਕੇ ਜੋ ਅਲੱਗ ਅਲੱਗ ਚੌਂਕਾਂ ਦੀ ਕਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ, ਇਸ ਬਾਰੇ ਦੁਕਾਨਦਾਰ ਵੀ ਅੱਜ ਕਿਹੜੀ ਹੈ ਗੱਲਬਾਤ ਕਰ ਰਹੇ, ਕੀ ਗੱਲ ਹੋਈ ਹੈ ਜੀ ਤੁਹਾਡੇ ਕੋਲ, ਕਿਹੜੇ ਤੁਸੀਂ ਰੀਜ਼ਨ ਹੈ? ਸਾਡੀ ਦੋ ਦੁਕਾਨਾਂ ਨੇ, ਦੁਕਾਨ ਦੇ ਕੇ ਗੱਡੀ ਲਾਈ ਜੀ, ਇੱਥੇ ਗੱਡੀ ਚਲਾਨ ਹੋਏਗਾ। ਕਿਉਂ ਸਾਡੇ ਕੋਲ ਉਹ ਜਗ੍ਹਾ ਹੈ ਨਹੀਂ ਹੈ, ਕਿਉਂ ਪਾਰਕਿੰਗ ਇੱਥੇ ਹੈ ਕੋਈ ਨਹੀਂ ਹੈ, ਕਹਿੰਦੇ ਜੀ ਕੰਪਨੀ ਬਾਗ ਪਾਰਕਿੰਗ ਲਾ ਕੇ ਆਓ। ਮੈਂ ਦੱਸੋ ਕੋਈ ਬਜ਼ੁਰਗ ਨੇ ਆਣਾ ਤਾਂ ਉੱਥੋਂ ਪੈਦਲ ਚੱਲ ਕੇ ਆਏਗਾ ਦੁਕਾਨ ਤੇ ਫੋਟੋ ਖਿਚਾਉਣ ਲਈ? ਇਹ ਤਾਂ ਜਬਰਦਸਤੀ ਹੈ। ਹੋਰ ਇਸ ਲਾਈਨ ਦੇ ਉੱਤੇ ਕੋਈ ਕਾਰਵਾਈ ਨਹੀਂ ਹੈ, ਸਿਰਫ ਇੰਡੀਆ ਕਲਾ ਦੇ ਆਸ ਪਾਸ ਕਾਰਵਾਈ ਹੈਗੀ ਹੈ, ਬਾਕੀ ਲੋਕਾਂ ਨੂੰ ਕਾਰਵਾਈ ਨਹੀਂ ਹੋ ਰਹੀ ਨਾ। ਪਿਕ ਐਂਡ ਚੂਜ਼ ਹੈ, ਪਿਕ ਐਂਡ ਚੂਜ਼ ਹੈ, ਪਿਕ ਐਂਡ ਚੂਜ਼ ਹੈ। ਤੁਹਾਨੂੰ ਕਿਉਂ ਟਾਰਗੇਟ? ਸਾਨੂੰ ਨਹੀਂ ਪਤਾ ਕੀ ਹੈ ਸਿਸਟਮ, ਕੀ ਹੈ ਨਾ, ਵਪਾਰ ਖਰਾਬ ਕਰਦੇ ਪੈਂਦੇ ਲੋਕ। ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਹੈ ਜੋ ਟ੍ਰੈਫਿਕ ਪੁਲਿਸ ਤੇ ਆਪਣਾ ਤੈਅ ਕੀ ਹੈ ਸਿਸਟਮ, ਕੀ ਹੈ ਨਾ, ਵਪਾਰ ਖਰਾਬ ਕਰਦੇ ਪੈਂਦੇ ਲੋਕ। ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਹੈ ਜੋ ਟ੍ਰੈਫਿਕ ਪੁਲਿਸ ਤੇ ਆਪਣਾ ਤੈਬਜ਼ਾਰੀ ਦੀ ਕਿਹੜਾ ਸਾਂਝਾ ਆਪਰੇਸ਼ਨ ਹੈ, ਜੋ ਲਗਾਤਾਰ ਸੜਕਾਂ ਦੇ ਉੱਤੇ ਜੋ ਵਾਹੀਕਲ ਲੱਗੇ ਹੋਏ ਨੇ ਜਾਂ ਨਜਾਇਜ਼ ਜੋ ਰੇਹੜੀਆਂ ਲੱਗੀਆਂ ਹੋਈਆਂ ਉਹਨਾਂ ਤੇ ਕਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਜੋ ਹੈ ਰਾਮ ਚੌਂਕ ਤੋਂ ਕਿਹੜੀ ਹੈ ਟ੍ਰੈਫਿਕ ਪੁਲਿਸ ਵੱਲੋਂ ਕਿਹੜੀ ਹੈ ਕਾਰਵਾਈ ਸ਼ੁਰੂ ਕੀਤੀ ਹੈ ਟ੍ਰੈਫਿਕ ਤੇ ਤੈਬਜ਼ਾਰੀ ਦੀ, ਨਗਰ ਨਿਗਮ ਦੀ ਟੀਮ ਵੱਲੋਂ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖੋ, ਸਟਿੱਕਰ ਚਲਾਨ ਕਿਹੜੇ ਕੱਟੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ, ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ADCP ਟ੍ਰੈਫਿਕ ਜੋ ਆਪ ਸੜਕਾਂ ਦੇ ਉੱਤੇ ਚੱਲ ਕੇ ਕਿਹੜੇ ਹੈ ਚਲਾਨ ਕੱਟੇ ਜਾ ਰਹੇ ਨੇ, ਤੈਬਜ਼ਾਰੀ ਦੇ ਅਫਸਰ ਕਿਹੜੇ ਜੋ ਹੈ ਐਕਟਿਵਾ ਮੋਟਰਸਾਈਕਲ ਜੋ ਹੈ ਜੋ ਰੋਂਗ ਪਾਰਕਿੰਗ 'ਚ ਲੱਗੇ ਹੋਏ ਨੇ ਤੇ ਉਹਨਾਂ ਦੇ ਕਿਹੜੀ ਸਖ਼ਤ ਕਾਰਵਾਈਆਂ ਕਿਹੜੀਆਂ ਕੀਤੀਆਂ ਜਾ ਰਹੀਆਂ, ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ। ਜਲੰਧਰ ਦੇ ਵਿੱਚ ਲਗਾਤਾਰ ਟ੍ਰੈਫਿਕ ਪੁਲਿਸ ਤੇ ਆਪਣਾ ਜੋ ਹੈ ਤੈਬਜ਼ਾਰੀ ਦੀ ਟੀਮ ਵੱਲੋਂ ਲਗਾਤਾਰ ਕਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ, ਸਟਿੱਕਰ ਚਲਾਨ ਕਿਹੜੇ ਅੱਜ ਕੀਤੇ ਜਾ ਰਹੇ ਨੇ, ਉੱਥੇ ਦੁਕਾਨਦਾਰਾਂ ਵੱਲੋਂ ਅਫਸਰਾਂ ਨਾਲ ਕਿਹੜੀ ਬਹਿਸ ਹੁੰਦੀ ਵੀ ਨਜ਼ਰ ਆਈ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਕਿਹੜੀ ਹੁੰਦੀ ਨਜ਼ਰ ਆਈ ਹੈ, ਤਸਵੀਰਾਂ ਤੁਸੀਂ ਦੇਖ ਰਹੇ ਹੋ, ਸਟਿੱਕਰ ਚਲਾਨ ਕਿਹੜੇ ਕਿੱਟੇ ਜਾ ਰਹੇ ਨੇ। ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਜੋ ਹੈ ਕਾਰਵਾਈ ਜੋ ਨਜਾਇਜ਼ ਪਾਰਕਿੰਗ ਦੇ ਉੱਤੇ ਕਿਹੜੀ ਹੈ ਗੱਡੀਆਂ ਲਗਾਈਆਂ ਗਈਆਂ ਉਹਨਾਂ ਤੇ ਕਿਹੜੀ ਸਖ਼ਤ ਕਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਜੋ ਲਗਾਤਾਰ ਟ੍ਰੈਫਿਕ ਦੇ ਲੋਕਾਂ ਨੂੰ ਕਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਜੋ ਲਗਾਤਾਰ ਉੱਥੇ ਆਪ ADCP ਟ੍ਰੈਫਿਕ ਤੇ ਤੈਬਜ਼ਾਰੀ ਦੇ ਅਫਸਰਾਂ ਵੱਲੋਂ ਕਿਹੜੀ ਹੈ ਵੱਡੀ ਕਾਰਵਾਈ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਜੋ ਗੱਡੀਆਂ ਉਹ ਪੂਰੀਆਂ ਕਿਹੜੀਆਂ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਸਰਕਾਰੀ ਜਗ੍ਹਾ ਦੇ ਉੱਤੇ ਤੇ ਉਹਨਾਂ ਦੀ ਕਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀਆਂ ਦੇ ਉੱਤੇ ਜੋ ਇਹ ਨਜਾਇਜ਼ ਪਾਰਕਿੰਗ ਹੈ ਜੋ ਕਿਹਨਾਂ ਨੇ ਲਗਾਈ ਉਹਨਾਂ ਦੇ ਉੱਤੇ ਕਿਹੜੀ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਵਿੱਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਉਹਨਾਂ ਦਾ ਕਹਿਣਾ ਲੋਕਾਂ ਨੂੰ ਸ਼ਿਕਾਇਤਾਂ ਆ ਰਹੀਆਂ ਕਿਹੜੀਆਂ, ਲੋਕ ਕਹਿ ਰਹੇ ਨੇ ਟ੍ਰੈਫਿਕ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ, ਤੁਸੀਂ ਦੇਖੋ ਹੁਣ ਕਦੋਂ ਕਾਰਵਾਈ ਹੋਣੀ ਹੈ, ਦੁਕਾਨਦਾਰਾਂ ਵੱਲੋਂ ਆਪਣਾ ਕਿਹੜਾ ਸਮਾਨ ਹੈ ਉਹ ਅੰਦਰ ਰੱਖ ਲਿਆ ਜਾਂਦਾ, ਤੁਸੀਂ ਦੇਖ ਰਹੇ ਹੋ ਕਿਹੜੇ ਦੁਕਾਨਦਾਰ ਹੈ ਉਹ ਆਪਣਾ ਸਮਾਨ ਅੰਦਰ ਰੱਖ ਲੈਂਦੇ ਨੇ, ਕਦੋਂ ਕਾਰਵਾਈ ਤੋਂ ਬਾਅਦ ਕਿਹੜਾ ਸਮਾਨ ਫਿਰ ਉਦਾਂ ਦੇ ਉਦਾਂ ਹੀ ਕਿਹੜੀ ਹੈ ਉਹ ਰੱਖ ਲਿੱਤਾ ਜਾਂਦਾ, ਫਿਰ ਟ੍ਰੈਫਿਕ ਦੀ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਜਲੰਧਰ ਦੇ ਵਿੱਚ ਆਉਂਦੀ ਹੈ, ਵੱਡੀ ਕਾਰਵਾਈ ਕਿਹੜੀ ਜਲੰਧਰ ਦੇ ਵਿੱਚ ਹੋ ਰਹੀ ਹੈ, ਤੁਸੀਂ ਦੇਖ ਰਹੇ ਹੋ ਸਾਂਝਾ ਆਪਰੇਸ਼ਨ ਕਿਹੜਾ ਅੱਜ ਟ੍ਰੈਫਿਕ ਪੁਲਿਸ ਵੱਲੋਂ ਤੇ ਜੋ ਹੈ ਤੈਬਜ਼ਾਰੀ ਵੱਲੋਂ
ਹੋ ਜਾਂਦਾ। ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਵੱਡਾ ਕਾਰਵਾਈ ਕਿਹੜੀ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਵੱਲੋਂ ਕਿਹਾ ਗਿਆ ਦੁਕਾਨਦਾਰਾਂ ਨੂੰ ਕਈ ਵਾਰ ਵਾਰਨਿੰਗਾਂ ਵੀ ਦਿੱਤੀਆਂ ਗਈਆਂ ਜੋ ਨਜਾਇਜ਼ ਕਾਰਵਾਈ ਜੋ ਪਾਰਕਿੰਗ ਨਜਾਇਜ਼ ਲਗਾਉਂਦੇ ਨੇ ਜਾਂ ਆਪਣੀਆਂ ਦੁਕਾਨਾਂ ਤੋਂ ਬਾਹਰ ਕਿਹੜੀ ਆ ਉਹਨਾਂ ਵੱਲੋਂ ਸਮਾਨ ਲਗਾਇਆ ਜਾਂਦਾ ਉਹਨਾਂ ਦੇ ਉੱਤੇ ਕਿਹੜਾ ਐਕਸ਼ਨ ਕੀਤਾ ਜਾ ਰਿਹਾ। ਤੁਸੀਂ ਦੇਖੋ ਦੂਰ ਤੱਕ ਜਿਹੜੇ ਦੁਕਾਨਦਾਰ ਆਪਣਾ ਸਮਾਨ ਕਿਹੜਾ ਬਾਹਰ ਲਗਾਇਆ ਹੋਇਆ ਉਹਨਾਂ ਨੂੰ ਅੰਦਰ ਲਗਾਇਆ ਜਾ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ, ਤੁਸੀਂ ਦੇਖ ਰਹੇ ਹੋ ਤਸਵੀਰਾਂ। ਹੁਣ ਜਦੋਂ ਕਾਰਵਾਈ ਸ਼ੁਰੂ ਹੁੰਦੀ ਹੈ ਦਾ ਬਾਜ਼ਾਰ ਖਾਲੀ ਨਜ਼ਰ ਆਉਂਦਾ ਤੇ ਇੱਥੇ ਕਿਸੇ ਨੂੰ ਟ੍ਰੈਫਿਕ ਦੀ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਤੁਸੀਂ ਦੇਖੋ ਬਾਜ਼ਾਰ ਕਿਹੜੇ ਦੁਕਾਨਦਾਰਾਂ ਨੇ ਸਮਾਨ ਕਿਹੜਾ ਬਾਹਰ ਲਗਾਇਆ ਹੁੰਦਾ, ਹੁਣ ਜਦੋਂ ਕਾਰਵਾਈ ਸ਼ੁਰੂ ਹੁੰਦੀ ਆ ਤੇ ਸਮਾਨ ਕਿਹੜਾ ਦੁਕਾਨਦਾਰਾਂ ਵੱਲੋਂ ਉਹ ਅੰਦਰ ਜੋ ਹੈ ਰੱਖ ਲਿੱਤਾ ਜਾਂਦਾ ਵਾ। ਜੋ ਤੁਹਾਨੂੰ ਦੱਸ ਦਈਏ ਕਈ ਦੁਕਾਨਦਾਰ ਦੋ ਦੋ ਤਿੰਨ ਤਿੰਨ ਫੁੱਟ ਕਿਹੜੀ ਆ ਜਗ੍ਹਾ ਸਰਕਾਰੀ ਕਿਹੜੀ ਆ ਕਬਜ਼ਾ ਕਰ ਲੈਂਦੇ ਨੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਆ। ਲੋਕ ਕਿਹੜੇ ਆ ਦੁਕਾਨਾਂ ਦੇ ਕਿੰਨਾ ਦਾ ਸਮਾਨ ਲੱਗਿਆ ਉਹਨਾਂ ਨੂੰ ਅੰਦਰ ਜੋ ਹੈ ਰੱਖਿਆ ਜਾ ਰਿਹਾ, ਉਹਨਾਂ ਨੂੰ ਕਈਆਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ। ਇਸ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ। ਦੇਖੋ ਤੈ ਬਜ਼ਾਰੀ ਵੱਲੋਂ ਕਿਹੜਾ ਸਮਾਨ ਕਾਊਂਟਰ ਹੈਗਾ ਉਹ ਚੱਕਿਆ ਜਾ ਰਿਹਾ, ਉਹ ਬਾਹਰ ਕਾਊਂਟਰ ਦੇ ਬਾਹਰ ਕਿਹੜੀ ਆ ਉਹ ਲਗਾਈ ਗਈ ਆ, ਉਹਨਾਂ ਵੱਲੋਂ ਕਿਹੜੀ ਕਾਰਵਾਈ ਆ ਜੋ ਸਮਾਨ ਵੀ ਬਾਹਰ ਹੋਏਗਾ ਉਹਨਾਂ ਦਾ ਕਿਹੜਾ ਕਾਊਂਟਰ ਚੱਕਿਆ ਜਾ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਤੁਸੀਂ ਲਗਾਤਾਰ ਜੋ ਹੈ ਕਾਰਪੋਰੇਸ਼ਨ ਔਰ ਟ੍ਰੈਫਿਕ ਪੁਲਿਸ ਵੱਲੋਂ ਕਿਹੜੀ ਆ ਲੋਕ ਦੁਕਾਨਦਾਰਾਂ ਦੇ ਬਾਹਰ ਜੋ ਹੈ ਫੜੀਆਂ ਲਗਾਈ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਹੁਣ ਕਿਹੜੀ ਆ ਸੜਕ ਜੋ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੀ ਕਿਹੜੀ ਆ ਕਾਰਵਾਈ ਅੱਜ ਜਲੰਧਰ ਵਿੱਚ ਹੁੰਦੀ ਨਜ਼ਰ ਆ ਰਹੀ ਆ। ਕਈਆਂ ਚਲਾਨ ਕੱਟੇ ਜਾ ਰਹੇ ਨੇ, ਕਈ ਜੋ ਨਜਾਇਜ਼ ਪਾਰਕ ਦੇ ਵਿੱਚ ਲੱਗੇ ਆ ਕਿਹੜੀ ਕਾਰਵਾਈ ਕੀਤੀ ਜਾ ਰਹੀ ਆ, ਬਹਿਸ ਹੁੰਦੀ ਨਜ਼ਰ ਆਉਂਦੀ ਆ। ਤਸਵੀਰਾਂ ਜਾਂਦੇ ਨੇ ਦੁਕਾਨਦਾਰਾਂ ਵੱਲੋਂ ਉੱਥੇ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਦੁਕਾਨਦਾਰ ਕਿਹੜੇ ਆ, ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੀਆਂ, ਬਹਿਸ ਹੁੰਦੀ ਨਜ਼ਰ ਆਈ ਹੈ ਤਸਵੀਰਾਂ ਦੇ ਵਿੱਚ। ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਸਮਾਨ ਤੈ ਬਜ਼ਾਰੀ ਵੱਲੋਂ ਚੱਕਿਆ ਜਾ ਰਿਹਾ ਤੇ ਉੱਥੇ ਉਹਨਾਂ ਕੋਲੋਂ ਰੋਕਿਆ ਜਾ ਰਿਹਾ। ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਹੜਾ, ਤੁਸੀਂ ਦੇਖ ਰਹੇ ਹੋ ਦੁਕਾਨਦਾਰਾਂ ਵੱਲੋਂ ਧੱਕਮ ਬਹਿਸ ਹੁੰਦੀ ਨਜ਼ਰ ਆਈ ਹੈ। ਤੁਸੀਂ ਤਸਵੀਰਾਂ ਤੋਂ ਹੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅੱਜ ਜਲੰਧਰ 'ਚ ਵੱਡੀ ਕਾਰਵਾਈ ਹੁੰਦੀ ਨਜ਼ਰ ਆਈ ਹੈ ਤੁਹਾਨੂੰ ਦਿਖਾ ਰਿਹਾ। ਇਸ ਬਾਰੇ SP ਜੋ ADCP ਟ੍ਰੈਫਿਕ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ ਅੱਜ ਵੱਡੀ ਕਿਹੜੀ ਕਾਰਵਾਈ ਤੁਹਾਡੇ ਵੱਲੋਂ ਹੁੰਦੀ ਨਜ਼ਰ ਆ ਰਹੀ ਹੈ ਤੈਬ ਜਾਰੀ ਤੇ ਟ੍ਰੈਫਿਕ ਪੁਲਿਸ ਵੱਲੋਂ, ਕਈ ਜਗ੍ਹਾ ਤੇ ਦੇਖਣ ਨੂੰ ਮਿਲਿਆ ਦੁਕਾਨਦਾਰ ਬਹਿਸ ਵੀ ਕਰਦੇ ਨਜ਼ਰ ਆਏ? ਦੇਖੋ ਦੁਕਾਨ ਉਹ ਹਰ ਬੰਦਾ ਰਾਈਟ ਸਮਝਦਾ ਵੀ ਮੈਂ ਗੱਡੀ ਜਿੱਥੇ ਮਰਜ਼ੀ ਲਾਵਾਂ ਟ੍ਰੈਫਿਕ ਬਲੌਕ ਹੋਵੇ ਉਹ ਸਾਡਾ ਨਹੀਂ, ਉਹ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ। ਜਦੋਂ ਕਿ ਹਰ ਇੱਕ ਪਰਸਨ ਹਰ ਦੁਕਾਨਦਾਰ ਜਿਹੜਾ ਅੱਗੇ ਰੇਹੜੀ ਲਵਾਉਂਦਾ, ਹਰ ਦੁਕਾਨਦਾਰ ਜਿਹੜਾ ਇਨਕਰੋਚਮੈਂਟ ਕਰਦਾ, ਉਹਦੀ ਜ਼ਿੰਮੇਵਾਰੀ ਬਣਦੀ ਆ। ਜਿੱਥੇ ਉਹਦੀ ਗੱਡੀ ਲੱਗਣ ਦੀ ਪਾਰਕਿੰਗ ਹੁੰਦੀ ਉੱਥੇ ਉਹਨੇ ਸਮਾਨ ਲਾਇਆ ਹੁੰਦਾ, ਕਸਟਮਰ ਗੱਡੀ ਬਾਹਰ ਆਣ ਕੇ ਲਾ ਦਿੰਦਾ, ਉਹਦੇ ਨਾਲ ਟ੍ਰੈਫਿਕ। ਜੋ ਕਿ ਹਰ ਇੱਕ ਪਰਸਨ ਹਰ ਦੁਕਾਨਦਾਰ ਜਿਹੜਾ ਅੱਗੇ ਰੇਹੜੀ ਲਵਾਉਂਦਾ, ਹਰ ਦੁਕਾਨਦਾਰ ਜਿਹੜਾ ਇਨਕਰੋਚਮੈਂਟ ਕਰਦਾ, ਉਹਦੀ ਜ਼ਿੰਮੇਵਾਰੀ ਬਣਦੀ ਆ। ਜਿੱਥੇ ਉਹਦੀ ਗੱਡੀ ਲੱਗਣ ਦੀ ਪਾਰਕਿੰਗ ਹੁੰਦੀ ਉੱਥੇ ਉਹਨੇ ਸਮਾਨ ਲਾਇਆ ਹੁੰਦਾ, ਕਸਟਮਰ ਗੱਡੀ ਬਾਹਰ ਆਣ ਕੇ ਲਾ ਦਿੰਦਾ, ਉਹਦੇ ਨਾਲ ਟ੍ਰੈਫਿਕ ਦੀ ਪ੍ਰੋਬਲਮ ਹੁੰਦੀ ਆ। ਦੇਖੋ ਤੁਸੀਂ ਕੰਪਲੇਨ ਕਰਦੇ ਹੋ, ਜੇ ਅਸੀਂ ਆਉਂਦੇ ਹਾਂ ਤਾਂ ਅਸੀਂ ਕੰਪਲੇਨ 'ਤੇ ਹੀ ਆਉਂਦੇ ਹਾਂ ਨਾ ਜੀ, ਵੀ ਪ੍ਰੋਬਲਮ ਹੁੰਦੀ ਆ, ਸਾਡਾ ਫੋਲੋਅਪ ਵੀ ਰਹਿੰਦਾ ਆ। ਫਿਰ ਤੁਸੀਂ ਸਾਡਾ ਸਾਥ ਦਿਓ ਨਾ ਜੀ, ਸਾਡੀ 100% ਕੋਸ਼ਿਸ਼ ਆ। ਜੇ ਉਹ ਬੰਦਾ ਕਹਿੰਦਾ ਵੀ ਨੰਬਰ ਬਣਾਉਣ ਵਾਸਤੇ ਕੋਈ ਨਹੀਂ ਹੈਗਾ, ਮੈਂ ਉਹ ਕਹਿੰਦਾ ਕਿ ਮੈਂ ਨੰਬਰ ਬਣਾਉਣ ਵਾਸਤੇ ਗੁਰੂ ਮਹਾਰਾਜ ਨੇ ਮੈਨੂੰ ਵਰਦੀ ਦਿੱਤੀ ਹੋਈ ਮੇਰੇ ਕੰਮ ਕਰਨ ਵਾਸਤੇ, ਔਰ ਮੈਂ ਕੰਮ ਕਰੂੰਗੀ। ਮੇਰਾ ਮਾਨਯੋਗ CP ਸਾਹਿਬ ਦੀ ਇੱਕੋ ਹੀ ਡ੍ਰੀਮ ਹੈਗਾ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜੀ ਆ ਬਹੁਤ ਹੀ ਸੁਚਾਰੂ ਢੰਗ ਨਾਲ ਚੱਲੀ ਜਾਵੇ,
ਇਸੇ ਕਰਕੇ ਜਿਹੜੇ 9 ਟੋਲਰੈਂਸ ਜ਼ੋਨ ਸਾਡੇ 17 ਬਣੇ ਸੀਗੇ ਉਹਦੇ ਵਿੱਚ ਅਸੀਂ ਤਕਰੀਬਨ 13 ਪਰਚੇ ਰਜਿਸਟਰ ਆਲਰੇਡੀ ਕਰ ਚੁੱਕੇ ਹਾਂ। ਹੁਣ ਅੱਜ ਵੀ ਜੇ ਨਹੀਂ ਹੋਊਗਾ ਤੇ ਜੇ ਉਹਨਾਂ ਤੇ ਕਾਰਵਾਈ ਜਿਹੜੀ ਪਰਚੇ ਦਰਜ ਹੋਊਗੀ। ਦੁਕਾਨਦਾਰਾਂ ਵੱਲੋਂ ਇਹ ਵੀ ਤੁਹਾਡੇ ਨਾਲ ਜਿਹੜੀ ਹੈ ਬਹੁਤ ਬਹਿਸ ਹੁੰਦੀ ਨਜ਼ਰ ਆਉਂਦੀ ਹੈਗੀ ਹੈ, ਕਈ ਵਾਰ ਤੁਹਾਡੇ ਨਾਲ ਮੈਂ ਪਿੱਛੇ ਦੇਖਿਆ ਬਹਿਸ ਹੁੰਦੀ ਆ, ਉੱਥੇ ਉਹਨਾਂ ਵੱਲੋਂ ਕਿਹਾ ਜਾਂਦਾ ਤੁਹਾਡੇ ਨੰਬਰ ਬਣਾਏ ਜਾਂਦੇ, ਤੁਸੀਂ ਨੰਬਰ ਬਣਾਉਣ ਲਈ ਕਿਹੜੀਆਂ ਕਾਰਵਾਈਆਂ ਕੀਤੀਆਂ? ਦੇਖੋ ਜੀ, ਅੱਜ ਤੱਕ ਗੁਰੂ ਮਹਾਰਾਜ ਦੇ ਹੁਕਮ 'ਚ ਰਹਿੰਦੇ ਹਾਂ, ਨੰਬਰ ਬਣਾਉਣ ਵਾਲੀ ਕੋਈ ਗੱਲ ਨਹੀਂ। ਇਹਨਾਂ ਵਾਸਤੇ ਅਸੀਂ ਕੰਮ ਕਰਦੇ ਹਾਂ, ਜਾਂ ਤਾਂ ਮੇਰੇ ਵਾਸਤੇ ਹੋਵੇ ਨਾ ਵੀ ਮੈਂ ਡੇਲੀ ਬਾਜ਼ਾਰ 'ਚ ਸ਼ੋਪਿੰਗ ਕਰਨ ਆਉਂਦੀ, ਜਾਂ ਸਾਡੀ ਪੁਲਿਸ ਸਾਨੂੰ ਸਾਰੀ ਦਿਹਾੜੀ ਸਾਰਾ ਟਾਈਮ ਸਾਡਾ ਸਾਰਾ ਇੱਧਰ ਵਾਲੇ ਪਾਸੇ ਹੁੰਦਾ ਕਿ ਜਿਹੜੀ ਇਹਨਾਂ ਦੀਆਂ ਜਦੋਂ ਵੀ ਇਹ ਆਉਣ, ਕਿਤੇ ਕੋਈ ਐਂਬੂਲੈਂਸ ਵੀ ਆ ਸਕਦੀ ਆ, ਬੱਚੇ ਹੁੰਦੇ ਆ, ਕਈ ਪ੍ਰੋਬਲਮ ਹੋ ਸਕਦੀਆਂ। ਸਾਡਾ ਕੰਮ ਆ ਰੋਡ ਨੂੰ ਕਲੀਅਰ ਕਰਨਾ, ਸਾਡਾ ਕੰਮ ਪਹਿਲਾਂ, ਸਾਡੀ ਪਹਿਲੀ ਪ੍ਰਾਇਓਰਟੀ ਆ ਰੋਡ, ਜਿਹੜੀ ਸਾਡੀ ਟ੍ਰੈਫਿਕ ਆ ਉਹਨੂੰ ਸੁਚਾਰੂ ਢੰਗ ਨਾਲ ਨੀਟ ਐਂਡ ਕਲੀਨ ਕਰਕੇ ਚਲਾਉਣਾ, ਨਾ ਕਿ ਚਲਾਨ ਕੱਟਣਾ। ਜੇ ਤੁਸੀਂ ਜ਼ਬਰਦਸਤੀ ਉਸ ਚੀਜ਼ ਨੂੰ ਕਰੋਗੇ, ਇੱਕ ਆਫਿਸਰ ਨੂੰ ਆਣ ਕੇ ਕੰਮ ਵਿੱਚ ਵਿਘਨ ਵੀ ਪਾਉਂਦੇ ਹਾਂ, ਉਹਦੀ ਵੀ ਕਾਰਵਾਈ ਹੁੰਦੀ, ਮਗਰ ਅਸੀਂ ਉਵੇਂ ਦੀ ਚੀਜ਼ ਕੁਛ ਨਹੀਂ ਕਰਨਾ ਚਾਹੁੰਦੇ। ਅਸੀਂ ਇਹਨਾਂ ਦਾ ਸਾਥ ਚਾਹੁੰਦੇ ਹਾਂ। ਮੈਂ ਨਹੀਂ ਕਹਿੰਦੀ 100%, ਮੇਰੇ ਕੋਲ ਵੀ ਗਲਤੀ ਹੋ ਸਕਦੀ, ਮੈਂ ਗਲਤੀ ਹੋ ਗਈ, ਮੈਂ ਤਾਂ ਵੀ ਇਹਨਾਂ ਦੇ ਵਾਸਤੇ ਅਸੀਂ ਖੜੇ ਹੋਏ ਹਾਂ। ਮੇਰਾ ਮੁਲਾਜ਼ਮ ਗਲਤੀ ਕਰਦਾ, ਮੇਰਾ ਮੁਲਾਜ਼ਮ ਕੋਈ ਵੀ ਪ੍ਰੋਬਲਮ ਕ੍ਰੀਏਟ ਕਰਦਾ, ਅਸੀਂ ਬੈਠੇ ਹਾਂ। ਜੇ ਸਾਡੇ ਮਾਨਯੋਗ ਸੀਪੀ ਸਾਹਿਬ ਸਾਡੀਆਂ ਸਾਰੀਆਂ ਸੁਣਦੇ ਤਾਂ ਮੈਂ ਵੀ ਆਪਣੀ ਫੋਰਸ ਦੀ ਹਰ ਇੱਕ ਚੀਜ਼ ਪ੍ਰੋਬਲਮ ਸੁਣੂਗੀ, ਲੋਕਾਂ ਨੂੰ ਵੀ ਅਸੀਂ ਸੁਣਦੇ ਹਾਂ। ਜਿੱਥੇ ਜਿੱਥੇ ਇਹਨਾਂ ਨੂੰ ਪ੍ਰੋਬਲਮ ਹੁੰਦੀ, ਉੱਥੇ ਵੀ 100% ਕਰੀਦੀ ਆ, ਮਗਰ ਉਹ ਬੰਦਾ ਨਾ ਸਿੱਧੀ ਤਰ੍ਹਾਂ ਨਹੀਂ ਕੰਮ, ਹਮੇਸ਼ਾ ਇਹ ਨਹੀਂ ਚਾਹੁੰਦਾ ਵੀ ਸਮੂਥਲੀ ਜੇ ਮੈਂ ਕਹਾਂ ਤੇ ਉਹ ਮੰਨ ਜਾਣ। ਉਹ ਸਾਡੇ ਪੰਜਾਬ ਦੇ ਵਿੱਚ ਸ਼ਾਇਦ ਹੀ ਆ ਵੀ ਇਹ ਚੀਜ਼ਾਂ ਹੋਣ। ਪਹਿਲੇ ਤੁਹਾਡੇ ਵੱਲੋਂ ਸਹਿਯੋਗ ਮੰਗਿਆ ਜਾਂਦਾ ਮਾਰਕੀਟ ਵਾਲਿਆਂ ਦਾ, ਦੁਕਾਨਦਾਰਾਂ ਮਹੱਲਿਆਂ ਦਾ, ਐਵੇਂ ਸਹਿਯੋਗ ਦਿੱਤਾ ਜਾਵੇ, ਅਸੀਂ ਕਿਹੜਾ ਟ੍ਰੈਫਿਕ ਦੀ ਆ ਸਭ ਤੋਂ ਜ਼ਿਆਦਾ ਵੱਡੀ ਕਿਹੜੀ ਆ ਮੁਸ਼ਕਲ ਆਉਂਦੀ ਆ, ਉਸਨੂੰ ਜਲਦੀ ਹੱਲ ਕੀਤਾ ਜਾਵੇ। ਤੁਹਾਡੇ ਵੱਲੋਂ ਸਹਿਯੋਗ ਵੀ ਮੰਗਿਆ, ਕਈ ਦੁਕਾਨਦਾਰਾਂ ਵੱਲੋਂ ਸਹਿਯੋਗ ਦਿੱਤਾ ਵੀ ਜਾਂਦਾ ਹੈਗਾ, ਫਿਰ ਵੀ ਕਦੋਂ ਕਾਰਵਾਈ ਹੁੰਦੀ ਹੈ ਤੁਹਾਡੇ ਦੁਕਾਨਦਾਰਾਂ ਨਾਲ ਦੇਖਣ ਨੂੰ ਮਿਲਦਾ ਅਕਸਰ, ਬਹਿਸ ਕਿਹੜੀ ਨਜ਼ਰ? ਨਹੀਂ ਵੇਖੋ, ਜਿਹੜੀ ਮੈਂ ਇਸ ਮਾਰਕੀਟ 'ਚ ਖੜੇ ਹਾਂ ਨਾ, ਇਸ ਮਾਰਕੀਟ ਵਾਲੇ ਸਾਰੇ ਬਹੁਤ ਵਧੀਆ, ਮਤਲਬ ਮੈਂ ਉਹਨਾਂ ਨੂੰ ਇਹ ਨਹੀਂ ਗੱਲ ਕਰ ਸਕਦੀ, ਮੇਰੇ ਕੋਲ ਗਲਤੀ ਹੋ ਸਕਦੀ, ਮੈਂ ਨਹੀਂ ਕਹਿੰਦੀ 100% ਨਹੀਂ, ਮਗਰ ਇਹਨਾਂ ਦਾ ਹਮੇਸ਼ਾ ਸਹਿਯੋਗ ਮਿਲਿਆ। ਇਹਨਾਂ ਨੇ ਜਿੰਨੀ ਵਾਰੀ ਵੀ ਅਸੀਂ ਆਏ ਹਾਂ, ਜਦੋਂ ਮੈਂ ਸਟਾਰਟਿੰਗ 'ਚ ਆਈ ਉਦੋਂ ਬਹੁਤ ਖਲਾਰਾ ਸੀਗਾ, ਇਹਨਾਂ ਨੇ ਡਿਮਾਂਡ ਵੀ ਕੀਤੀ ਤੁਸੀਂ ਸਾਡੇ ਕੋਲ ਆਓ, ਅਸੀਂ ਮੀਟਿੰਗ ਵੀ ਕੀਤੀ, ਇਹਨਾਂ ਦੀ ਪ੍ਰੋਬਲਮ ਸੀਗੀਆਂ, ਰਾਤ ਨੂੰ ਚੋਰੀਆਂ ਵੀ ਹੁੰਦੀਆਂ ਸੀਗੀਆਂ, ਗੱਡੀਆਂ ਵੀ ਭੇਜਦੇ ਹਾਂ, ਇੱਧਰ ਹੀ ਭੇਜਦੇ ਹਾਂ, ਫਿਰ ਜਿਹੜੀ ਮਾਈ ਹੀਰਾ ਗੇਟ ਆ ਉੱਧਰ ਵੀ ਭੇਜਦੇ ਹਾਂ, ਹੋਰ ਵੀ ਸ਼ਹਿਰ ਦੇ ਵਿੱਚ ਕਈ ਏਰੀਏ ਹੈਗੇ। ਸਾਡੀ ਇੱਕੋ ਕੋਸ਼ਿਸ਼ ਆ, ਇਹਨਾਂ ਪਰਿਵਾਰਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਜੇ ਪ੍ਰੋਬਲਮ ਨਾ ਆਵੇ, ਜੇ ਇਹਨਾਂ ਨੂੰ ਆਊਗੀ ਤਾਂ ਨੈਚੁਰਲੀ ਆ ਸਾਡੇ 'ਤੇ ਇਫੈਕਟ ਪੈਣਾ ਹੀ ਪੈਣਾ ਕਿ ਸਾਡੇ ਕੰਮ 'ਤੇ ਪੈਣਾ, ਅਤੇ ਫਿਰ ਨੈਚੁਰਲੀ ਇਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ। 100% ਅਸੀਂ 24 hours ਹਾਜ਼ਰ, ਇਹ ਸਾਨੂੰ ਗੱਲ ਕਰਨ, ਮਗਰ ਪ੍ਰੋਬਲਮ ਜਿਹੜੀ ਹੈ ਨਾ, ਜਿੰਨੀ ਦੇਰ ਤੱਕ ਇਹਨਾਂ ਦਾ ਸਾਥ ਨਹੀਂ, ਉਨੀ ਦੇਰ ਤੱਕ ਇਕੱਲੀ ਪੁਲਿਸ ਵੀ ਕੁਛ ਨਹੀਂ ਕਰ ਸਕਦੀ। ਦੇਖਿਆ ਜਾਂਦਾ ਅਕਸਰ ਕਾਰਵਾਈ ਤਾਂ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ, ਕਾਰਵਾਈ ਤੋਂ ਬਾਅਦ ਫਿਰ ਦੁਬਾਰਾ ਤੋਂ ਉੱਦਾਂ ਦੇ ਉੱਦਾਂ ਹੀ ਫਿਰ ਟ੍ਰੈਫਿਕ ਹੋ ਜਾਂਦਾ, ਦੁਕਾਨਦਾਰ ਆਪਣਾ ਸਮਾਨ ਕਿਹੜਾ ਸਮਾਨ ਬਾਹਰ ਫਿਰ ਉੱਦਾਂ ਦੇ ਉੱਦਾਂ ਹੀ ਲੱਗ ਜਾਂਦਾ? ਨਹੀਂ ਵੇਖੋ, ਹੁਣ ਨਹੀਂ ਜੀ ਹੋਊਗਾ, ਜਿੰਨਾ ਜਗ੍ਹਾ 'ਤੇ ਅਸੀਂ ਅੱਜ ਜਾ ਕੇ ਆਏ ਹਾਂ, PNB ਚੌਂਕ ਤੋਂ ਲੈ ਕੇ ਜੋਤੀ ਚੌਂਕ, ਜੋਤੀ ਚੌਂਕ ਤੋਂ ਨਕੋਦਰ ਚੌਂਕ, ਨਕੋਦਰ ਚੌਂਕ ਤੋਂ ਹੁਣ ਜਿਵੇਂ ਅਸੀਂ ਫਿਰ ਦੁਬਾਰਾ ਵਾਪਸ ਇੱਥੋਂ PNB ਤੋਂ ਲੈ ਕੇ ਇੱਧਰ ਵਾਲੇ ਪਾਸੇ ਆਏ, ਜੇ ਇਸ ਦੁਕਾਨਦਾਰ ਨੇ ਆਲਰੇਡੀ ਅਸੀਂ ਵੀਡੀਓ ਬਣਾ ਚੁੱਕੇ ਹਾਂ, ਅੱਜ ਤੋਂ ਬਾਅਦ ਰੇਹੜੀ ਵਾਲਾ ਦੁਕਾਨਦਾਰ ਦੇ ਬਾਹਰ ਜਿਹੜੀ ਰੇਹੜੀ ਲੱਗੀ ਹੁੰਦੀ, ਜਾਂ ਉਹ ਇਨਕਰੋਚਮੈਂਟ ਬੈਰੀਗੇਟਸ ਲਾ ਕੇ, ਜਾਂ ਉਹ ਕੋਈ ਪ੍ਰੋਬਲਮ ਕ੍ਰੀਏਟ ਕਰਦੇ, ਈਵਨ ਕਿ ਜਿੱਥੇ ਉਹ ਡੈਂਟਿੰਗ ਪੈਂਟਿੰਗ ਹੁੰਦੀ ਬਾਈਕਸ ਦੀ, ਉਹ ਵੀ ਕਰਦੇ ਆ, ਅਤੇ ਉਹਨਾਂ ਦੇ ਅੱਜ 3 ਜਣਿਆਂ ਨੂੰ ਕਹਿ ਤਾ ਸਵੇਰੇ ਪਰਚੇ ਦਰਜ ਹੋਣਗੇ। ਉਹ ਤਾਂ ਨਹੀਂ ਰਹਿਣਾ, ਵਾਰਨਿੰਗ ਵਾਲਾ ਕੰਮ ਹੁਣ ਖਤਮ ਹੋ ਗਿਆ, ਮਤਲਬ ਵਾਰ ਵਾਰ ਪਿਆਰ ਦੇ ਨਾਲ ਇੰਨੀਆਂ ਵਾਰ ਮੀਟਿੰਗ, ਤਿੰਨ ਤਿੰਨ ਚਾਰ ਚਾਰ ਵਾਰ ਮੀਟਿੰਗ, ਜੇ ਉਸ ਦੇ ਬਾਵਜੂਦ ਇਹ ਚੀਜ਼, ਫਿਰ ਤੁਸੀਂ ਕਿਵੇਂ ਕਹਿ ਸਕਦੇ ਨਾ ਕਿ ਸਾਨੂੰ ਟ੍ਰੈਫਿਕ ਦੀ ਪ੍ਰੋਬਲਮ? ਮਤਲਬ ਪ੍ਰੋਬਲਮ ਤੁਸੀਂ ਇਹ ਚੀਜ਼ 'ਤੇ ਵੇਖੋ ਨਾ, ਚਲੋ ਮੈਂ ਮੰਨਦੀ ਹਾਂ ਕਿਸੇ ਵੇਲੇ ਤੁਸੀਂ ਆਉਂਦੇ ਆ, ਹਾਂ ਐਮਰਜੈਂਸੀ ਹੋ ਗਈ, ਕੋਈ ਮੈਡੀਸਨ ਕੋਈ ਚੀਜ਼ ਲੈਣ ਆਏ, ਫ੍ਰਿਕਸ਼ਨ ਆਫ ਸੈਕਿੰਡ ਆਏ ਔਰ ਆਪਣੀ ਸਮਾਨ ਲੈ ਕੇ ਚਲ ਗਏ, ਮੈਂ ਉਹਦੀ ਕੋਈ ਪ੍ਰੋਬਲਮ, ਪਰ ਜੇ ਤੁਸੀਂ ਸੋਚੋ ਕਿ ਵਿੱਚ ਕਰਕੇ ਅਤੇ ਫੋਨ ਖੋਲ੍ਹ ਕੇ ਤਾਂ ਤੁਸੀਂ ਵੇਖਣ ਡੇ, ਈਵਨ ਕਿ ਹੁਣ ਮੈਂ ਵੇਖਿਆ ਲੇਡੀਜ਼ ਵੀ ਫੋਰਚੂਨਰ ਵਿੱਚ ਬੈਠੀਆਂ ਹੋਈਆਂ, ਵੱਡੀਆਂ ਵੱਡੀਆਂ ਗੱਡੀਆਂ ਵਿੱਚ ਬੈਠੇ ਅਤੇ ਫੋਨ ਫੜ ਕੇ ਵੇਖਣ ਡੇ, ਇਹ ਤੁਸੀਂ ਵੇਖੋ ਤਾਂ ਸਹੀ, ਪਿੱਛੇ ਤੁਹਾਡੇ ਕਰਕੇ ਪਿੱਛੇ ਕਿੰਨਾ ਜਾਮ ਲੱਗਣ ਡਿਆ, ਹੋ ਸਕਦਾ ਕੋਈ ਐਂਬੂਲੈਂਸ 'ਚ ਐਮਰਜੈਂਸੀ ਹੋਵੇ, ਇਹ ਸਭ ਦੀ ਸਾਡੀ ਵੇਖੋ, ਗੁਰੂ ਮਹਾਰਾਜ ਨੇ ਦਿੱਤਾ ਹੋਇਆ, ਇਹਨੂੰ ਸੋਚਣ ਵਾਸਤੇ ਸੋਚਣਾ ਚਾਹੀਦਾ ਵੀ ਅਸੀਂ ਕਰਨਾ ਕੀ ਚਾਹੁੰਦੇ। ਦੁਕਾਨਦਾਰ ਆਪਣੇ ਬਾਹਰ ਰੇਹੜੀਆਂ ਲਗਾਉਣ ਦੇ ਪੈਸੇ ਵੀ ਲਿੱਤੇ ਜਾਂਦੇ ਨੇ, ਕਿਆ ਉਹਨਾਂ ਤੇ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ? ਮੈਂ ਕਹਿ ਜੀ ਸਾਰਾ ਕੁਛ, ਜੇ ਹੁਣ ਦੁਕਾਨਦਾਰ ਨੇ ਬਾਹਰ ਰੇਹੜੀ ਲਾਈ,
ਉੱਥੇ ਵੀ ਉਨੀ ਨਾਲ ਉਹਦੇ ਤੇ ਵੀ ਪਰਚਾ ਹੋਊਗਾ ਤੇ ਨਾਲ ਹੀ ਰੇੜੀ ਵਾਲੇ ਤੇ ਹੁਣ ਬਖਸ਼ਿਆ ਨਹੀਂ ਜਾਏ ਨਾ ਨਾ ਬਿਲਕੁਲ ਬਿਲਕੁਲ ਬਹੁਤ ਹੋ ਚੁੱਕਾ ਹੁਣ ਬੜੀ ਵਾਰੀ ਇਹ ਚੀਜ਼ਾਂ ਨੂੰ ਹੋ ਚੁੱਕਾ ਔਰ ਮੈਂ ਬੇਨਤੀ ਇਹੋ ਹੀ ਕਰਦੀ ਹਾਂ ਵੀ ਸਾਨੂੰ ਇਵੇਂ ਦਾ ਮੌਕਾ ਨਾ ਮਿਲੇ ਪਰਚੇ ਦਰਜ ਵੇਖੋ ਸਾਡੇ ਪਰਿਵਾਰ ਆ ਪਰਚਾ ਦਰਜ ਨਹੀਂ ਕਰਨਾ ਮੈਂ ਉਹ ਨਹੀਂ ਮੇਰੀ ਕੋਈ ਮਕਸਦ ਨਹੀਂ ਹੈਗਾ ਮੇਰਾ ਮਕਸਦ ਹੈਗਾ ਸ਼ਹਿਰ ਦੀ ਟ੍ਰੈਫਿਕ ਸਮੂਥ ਚੱਲੇ ਮਤਲਬ ਜੇ ਕੋਈ ਬਾਹਰੋਂ ਆਵੇ ਤੈਨੂੰ ਪਤਾ ਲੱਗੇ ਇਹ ਬੇਨਤੀ ਹੈ ਮੇਰੀ ਸਾਡੇ ਨਾਲ ਤਹਿਬਜ਼ਾਰੀ ਅਫਸਰ ਹੈ ਅੱਜ ਸਾਂਝਾ ਆਪਰੇਸ਼ਨ ਤੁਹਾਡੇ ਵੱਲੋਂ ਵੱਡੀ ਕਾਰਵਾਈ ਕਿਹੜੀ ਹੈ ਕੀਤੀ ਜਾ ਰਹੀ ਹੈ ਕਿ ਇੱਦਾਂ ਹੀ ਲਗਾਤਾਰ ਕਾਰਵਾਈ ਬਿਲਕੁਲ ਬਿਲਕੁਲ ਸਾਡੀ ਸੀਪੀ ਸਾਹਿਬ ਜੀ ਨਾਲ ਸਾਡੇ ਮਾਨਯੋਗ ਮਿਸਟਰ ਸ਼ੀ ਜੀ ਨਾਲ ਦੀ ਮੀਟਿੰਗ ਹੋਈ ਹੈ ਉਹਨਾਂ ਨੇ ਵੀ ਇਹੀ ਕਿਹਾ ਵੀ ਇਹ ਜਿਹੜੀ ਕਾਰਵਾਈ ਹੈ ਇੱਦਾਂ ਹੀ ਜਾਰੀ ਰੱਖਣੀ ਚਾਹੀਦੀ ਹੈ ਤੇ ਅੱਗੇ ਤੋਂ ਵੀ ਜਾਰੀ ਰਹੂਗੀ ਦੇਖਿਆ ਜਾਂਦਾ ਅਕਸਰ ਕਿਦੋਂ ਕਾਰਵਾਈ ਹੁੰਦੀ ਹੈ ਕਾਰਵਾਈ ਤੋਂ ਬਾਅਦ ਫਿਰ ਉੱਦਾਂ ਤੇ ਉੱਦਾਂ ਹੀ ਦੁਕਾਨਾਂ ਲੱਗ ਜਾਂਦੀ ਹੈ ਕਿਆ ਤੁਹਾਡੇ ਵੱਲੋਂ ਕਿਆ ਇਹਦੇ ਉੱਤੇ ਸਖ਼ਤ ਕਾਰਵਾਈਆਂ ਕੀਤੀਆਂ ਜਾਂਦੀਆਂ ਨਹੀਂ ਇਹੀ ਹੁਣ ਸਖ਼ਤ ਕਾਰਵਾਈਆਂ ਹੀ ਹੋਣੀਆਂ ਹੁਣ ਬਥੇਰੇ ਐਕਸ਼ਨ ਹੋ ਗਏ ਹੁਣ ਜਿਹੜੇ ਐਕਸ਼ਨ ਹੋਊਗੇ ਜ਼ਿਆਦਾ ਵਧੀਆ ਹੋਊਗੇ ਲਗਾਤਾਰ ਕੀ ਅਪੀਲ ਕਰਨਾ ਚਾਹੁੰਦੇ ਹੋ ਦੁਕਾਨਦਾਰਾਂ ਮੈਂ ਦੁਕਾਨਦਾਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਤੁਸੀਂ ਅੱਗੇ ਰੇੜੀਆਂ ਲਵਾਉਂਦੇ ਆ ਜਾਂ ਸਮਾਨ ਰੱਖਦੇ ਆ ਉਹ ਨਾ ਰੱਖਣ ਤਾਂ ਕਿ ਸ਼ਹਿਰ ਵਾਸੀਆਂ ਨੂੰ ਨੰਗਣ ਵੜਨ 'ਚ ਕੋਈ ਪ੍ਰੋਬਲਮ ਨਾ ਆਵੇ ਤੁਹਾਨੂੰ ਵੀ ਤੁਹਾਡੇ ਵੀ ਧਿਆਨ 'ਚ ਹੋਏਗਾ ਦੁਕਾਨਦਾਰ ਬਾਹਰ ਰੇੜੀ ਲਗਾਉਣ ਦੇ ਪੈਸੇ ਵੀ ਲਿੱਤੇ ਜਾਂਦੇ ਨੇ ਗੱਲ ਕਰੀਏ ਸੰਡੇ ਮਾਰਕੀਟ ਦੀ ਸੰਡੇ ਮਾਰਕੀਟ ਦੇ ਪਰ ਦੁਕਾਨਦਾਰ ਆਪਣੇ ਇੱਕ ਟੇਬਲ ਦੇ ਪੈਸੇ ਲਿੱਤੇ ਜਾਂਦੇ ਕਿਆ ਉਹਨਾਂ ਤੇ ਵੀ ਤੁਹਾਡੇ ਵੱਲੋਂ ਸਖ਼ਤ ਕਾਰਵਾਈ ਬਿਲਕੁਲ ਬਿਲਕੁਲ ਜੀ ਉਹਨਾਂ ਵਾਸਤੇ ਵੀ ਕਾਰਵਾਈ ਤਿਆਰ ਕਰ ਰਹੇ ਹਾਂ ਕਿਉਂਕਿ ਕਮਿਸ਼ਨ ਸਾਹਿਬ ਨਾਲ ਵੀ ਇਹ ਮੀਟਿੰਗ ਹੋਈ ਹੈ ਵੀ ਜਿਹੜੇ ਸੰਡੇ ਬਾਜ਼ਾਰ ਹੈ ਜਾਂ ਤਾਂ ਇਹਨੂੰ ਬੰਦ ਕੀਤਾ ਜਾਵੇ ਜਾਂ ਇਹਨੂੰ ਸਟਰੀਟ ਵੈਂਡਿੰਗ ਜ਼ੋਨ 'ਚ ਲਿਆਂਦਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਤਹਿਬਜ਼ਾਰੀ ਅਫਸਰਾਂ ਦੇ ਨਾਲ ਉਹਨਾਂ ਦੇ ਅੱਜ ਦਾ ਟ੍ਰੈਫਿਕ ਪੁਲਿਸ ਤੇ ਤਹਿਬਜ਼ਾਰੀ ਦਾ ਸਾਂਝਾ ਆਪਰੇਸ਼ਨ ਤੁਸੀਂ ਦੇਖ ਰਹੇ ਹੋ ਵੱਡਾ ਜਿਹੜਾ ਆਪਰੇਸ਼ਨ ਨਜ਼ਰ ਆ ਰਿਹਾ ਜਲੰਧਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਜੋ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਸੀ ਪਹਿਲੇ ਪੁਲਿਸ ਔਰ ਤਹਿਬਜ਼ਾਰੀ ਵੱਲੋਂ ਜੋ ਹੈ ਉਹਨਾਂ ਨੂੰ ਪਹਿਲੇ ਵਾਰਨਿੰਗਾਂ ਦਿੱਤੀਆਂ ਜਾਂਦੀਆਂ ਵਾਰਨਿੰਗਾਂ ਤੋਂ ਬਾਅਦ ਫਿਰ ਵੀ ਕਿਹੜੀ ਹੈ ਉਹ ਕਾਰਵਾਈ ਇਹ ਜੋ ਹੈ ਪੁਲਿਸ ਵੱਲੋਂ ਕੀਤੀ ਗਈ ਫਿਰ ਵੀ ਦੁਕਾਨਦਾਰ ਨਹੀਂ ਕੀਤੀ ਜਾ ਰਹੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਬਾਰੇ ਆਪਾਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਇਹ ਜੋ ਦੁਕਾਨਾਂ ਦੇ ਬਾਹਰ ਵਾਹੀਕਲ ਲੱਗੇ ਨੇ ਉਹ ਦੁਕਾਨ ਕਿੱਦਾਂ ਚਲਾਉਣਗੇ ਕਿੱਦਾਂ ਵਾਹੀਕਲ ਕਿਹੜੇ ਆ ਉਹਨਾਂ ਵੱਲੋਂ ਰੱਖੇ ਜਾਣਗੇ ਇਸ ਬਾਰੇ ਟ੍ਰੈਫਿਕ ਪੁਲਿਸ ਦੇ ਅਫਸਰਾਂ ਵੱਲੋਂ ਕਿਹਾ ਗਿਆ ਜੋ ਯੈਲੋ ਲਾਈਨ ਜਾਂ ਯੈਲੋ ਲਾਈਨ ਤੋਂ ਅੰਦਰ ਹੀ ਕਿਹੜੀ ਗੱਡੀ ਹੋਏਗੀ ਉਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨੂੰ ਮਹਾਜਨ ਜਗਬਾਣੀ ਟੀਵੀ ਜਲੰਧਰ